ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਲੁਧਿਆਣਾ 'ਚ ਸੱਟਾ ਬਾਜ਼ਾਰ ਰੈਸਟੋਰੈਂਟ 'ਚ ਵੈਜ ਸੂਪ 'ਚ ਚਿਕਨ ਪਾਊਡਰ ਮਿਲਾ ਕੇ ਗਾਹਕਾਂ ਨੂੰ ਪਰੋਸਣ ਦਾ ਮਾਮਲਾ ਸਾਹਮਣੇ ਆਇਆ। ਮੌਕੇ 'ਤੇ ਸਿਹਤ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ ਤਾਂ ਉਕਤ ਮਾਮਲਾ ਸਾਹਮਣੇ ਆਇਆ। ਇਸ ਤੋਂ ਇਲਾਵਾ ਉਕਤ ਰੈਸਟੋਰੈਂਟ ਦੇ ਐਕਸਪਾਇਰ ਸੋਸ ਤੇ ਸਿਰਕੇ ਦੀਆਂ ਬੋਤਲਾਂ ਵੀ ਬਰਾਮਦ ਕੀਤੀਆਂ ਗਈਆਂ। ਜ਼ਿਲ੍ਹਾ ਸਿਹਤ ਅਧਿਕਾਰੀ ਡਾਕਟਰ ਆਦੇਸ਼ ਕੰਗ ਨੇ ਦੱਸਿਆ ਕਿ ਰੈਸਟੋਰੈਂਟ ਦੇ ਸ਼ੈੱਫ ਨੇ ਲਿਖਤੀ ਤੌਰ 'ਤੇ ਇਹ ਕਬੂਲ ਕੀਤਾ ਹੈ ਕਿ ਰੈਸਟੋਰੈਂਟ ਵਿੱਚ ਵੈਜ ਸੂਪ 'ਚ ਚਿਕਨ ਪਾਊਡਰ ਮਿਲਾਇਆ ਜਾਂਦਾ ਹੈ। ਇਸ ਮੌਕੇ ਐਕਸਪਾਇਰ ਸਮਾਨ ਨੂੰ ਨਸ਼ਟ ਕਰਵਾ ਦਿੱਤਾ ਅਤੇ ਪਨੀਰ ਦਹੀਂ ਦੇ ਦੋ ਸੈਂਪਲ ਭਰ ਕੇ ਉਹਨਾਂ ਨੂੰ ਜਾਂਚ ਲਈ ਲੈਬ 'ਚ ਭੇਜ ਦਿੱਤਾ ਗਿਆ ਹੈ। ਅੱਜ ਹਮਨੇ ਸੱਟਾ ਬਾਜ਼ਾਰ ਫਿਰੋਜ਼ਪੁਰ ਰੋਡ ਰੈਸਟੋਰੈਂਟ ਕੀ ਚੈਕਿੰਗ ਕਰੀ। ਹਮਨੇ ਆ ਕੇ ਦੇਖਾ ਕਿ ਯਹਾਂ ਪੇ ਇੱਕ ਚਿਕਨ ਪਾਊਡਰ ਹੈ। ਹਮੇ ਲਿਖ ਕੇ ਦਿਆ ਉਹਨੂੰ ਕਿ ਸ਼ੈਫ ਨੇ ਕਿ ਦੇ ਆਰ ਯੂਜ਼ਿੰਗ ਇਨ ਟੂ ਵੈਜੀਟੇਰੀਅਨ ਵਿਚ ਇਜ਼ ਨੋਟ ਅਲਾਊਡ ਵੈਜੀਟੇਰੀਅਨ ਸੂਪ। ਐਕਸਪਾਇਰਡ ਮਟੀਰੀਅਲ ਮਿਲੇ ਬਾਰਬੇਕਿਊ ਸੌਸ ਵਿਚ ਦੇ ਆਰ ਯੂਜ਼ਿੰਗ ਔਰ ਰੋਡੈਂਟ ਰੈਡ ਡਰੋਪਿੰਗਸ ਮਿਲੀ ਹੈ। ਇਸ ਲਈ ਹਮ ਚੈੱਕ ਕਰ ਰਹੇ ਥੇ ਨਾ ਇਨਕੇ ਪਾਸ ਮੈਡੀਕਲ ਨਹੀਂ ਹੈ ਵਰਕਰਸ ਕਾ ਜੋ ਕਿ ਇਨਕੇ ਪਾਸ ਹੋਣਾ ਚਾਹੀਏ ਔਰ ਇਹਨੇ ਕਰਾਨਾ ਚਾਹੀਏ। ਹਮਨੇ ਸੈਂਪਲ ਲੈ ਲੀਏ ਅਬ ਉਸਕੋ ਭੇਜ ਰਹੇ ਹੈ ਲੈਬ ਮੇਂ ਜੈਸੀ ਵੀ ਰਿਪੋਰਟ ਆਏਗੀ ਫਿਰ ਅਗਲੀ ਕਾਰਵਾਈ ਹੋਏਗੀ। ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ। ਦਿਲਾਂ ਦੀ ਸਾਂਝ ਤੇ ਮੁਹੱਬਤਾਂ ਦੇ ਪੈਗਾਮ ਵੰਡਦਾ ਪੰਜਾਬ ਪੰਜਾਬੀਅਤ ਨਾਲ ਭਰਪੂਰ ਸਾਂਝ ਟੀਵੀ। ਵਿਦੇਸ਼ਾਂ 'ਚ ਬੈਠੇ ਆਪਣਿਆਂ ਨੂੰ ਦੇਸ਼ ਦੀ ਮਿੱਟੀ ਨਾਲ ਜੋੜਦਾ ਸਾਂਝ ਟੀਵੀ। ਧਾਰਮਿਕ ਪ੍ਰੋਗਰਾਮ, ਸੱਭਿਆਚਾਰਕ ਮੇਲੇ, ਵਿਆਹ ਸ਼ਾਦੀ, ਛਿੰਝ ਮੇਲੇ, ਕਬੱਡੀ ਟੂਰਨਾਮੈਂਟ ਦਾ ਲਾਈਵ ਬ੍ਰੌਡਕਾਸਟ ਦੇਸ਼ ਵਿਦੇਸ਼ ਵਿੱਚ ਕਰਵਾਉਣ ਲਈ ਡੀਜੀ ਕੇਬਲ ਫਗਵਾੜਾ ਅਤੇ ਸਾਂਝ ਟੀਵੀ ਨਾਲ ਸੰਪਰਕ ਕਰੋ।